ਪਿਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ ਕਿਹੀ ਚੜੀ ਹੈ ਕੈਰ ਦੀ ਸਾਨ ਮਾਈ ਕਿਨਾ ਖੁੰਦਰਾ ਵਿੱਚ ਫਸਾਏ ਕੇ ਜੀ ਸਾਡੇ ਲਾਏ ਸੁਟੇ ਤੂੰ ਤਾਂ ਕਾਣ ਮਾਈ ਹੱਥ ਧੋ ਕੇ ਪਈ ਹਣ ਮਗਰ ਸਾਡੇ ਅਜੇ ਘਰੀ ਨਾ ਦਿੰਦੀ ਹੈ ਜਾਣ ਮਾਈ ਸ਼ਾ ਮੁਹੰਮਦ ਆ ਰਹੇ ਹਥਿਆਰ ਉੱਥੇ ਨਾਲ ਕੁੜਤੀਆਂ ਲੈ ਪਛਾਣ ਮਾਈ ਹੁੰਦੇ ਆਏ ਨੀਰੰਨਾ ਦੇ ਤੁਰੰਕਾਰੇ ਰਾਮਣ ਲੰਕਾ ਦੇ ਵਿੱਚ ਮਰਵਾਏ ਦਿੱਤਾ ਕਹਿਰੋਂ ਪੰਨਵਾ ਨਾਲ ਕੀ ਭਲਾ ਕੀਤਾ 18 ਖੂਨੀਆਂ ਕਟਕਮੋਕਾਏ ਦਿੱਤਾ ਰਾਜੇ ਭੋਜ ਦੇ ਉੱਤੇ ਅਸਵਾਰ ਹੋਈਆਂ ਮਾਰੇ ਅੱਡੀਆਂ ਹੋਸ਼ ਭੋਲਾਏ ਦਿੱਤਾ ਸ਼ਾ ਮੁਹੰਮਦ ਆਏ ਸਰਾਣੀ ਜਿੰਦ ਕੌਰਾਂ ਸਾਰੇ ਦੇਸ਼ ਦਾ ਫਰਜ਼ ਓ ਠਾਏ ਦਿੱਤਾ ਰੱਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ ਹੋਇਆ ਸਿੰਘਾਂ ਦਾ ਕੰਮ ਓ ਰਾਸਤਾਈ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ ਉਹਦੇ ਨਾਲ ਨਾ ਕਿਸੇ ਦਾ ਵਾਸਤਾਈ ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ ਖੁਦ ਆਪਣੀ ਵਿੱਚ ਮਹਾਸਤਾਈ ਸ਼ਾ ਮੁਹੰਮਦ ਆਦੌਲ ਤਾਂ ਜਮਾ ਕਰਤਾ ਸ਼ਾ ਉਕਾਰਦਾ ਜਿਵੇਂ ਕੋ ਮਾਸ਼ਤਾਈ ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀ ਅੱਗੇ ਹੋਰ ਕੀ ਬਣਤ ਬਣਾਵਣੀ ਜੀ ਇੱਕ ਘੜੀ ਦੀ ਕੁਝ ਮੈਂਦ ਨਹੀਂ ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ ਡਿੱਠੀ ਅਸਾਂ ਫੇਰੰਗੀ ਦੀ ਸਾਵਣੀ ਜੀ ਸ਼ਾ ਮੁਹੰਮਦਾਂ ਨਹੀਂ ਮਾਲੂਮ ਸਾਨੂੰ ਅੱਗੇ ਹੋਰ ਕੀ ਖੇੜ ਰਚਾਵਣੀ ਜੀ ਸਮਤੋਂ ਨਹੀਂ ਸਹਿ ਦੂਸਰਾ ਵਰਤਦਾ ਸੀ ਜਦੋਂ ਹੋਇਆ ਫੇਰ ਰੰਗੀ ਦਾ ਜੰਗ ਮੀਆਂ ਐਸੀ ਖੂਨ ਦੀ ਏ ਜ਼ਮੀਨ ਪਿਆਸੀ ਹੋਈ ਸੁਰਖਸ਼ ਆਵਦੇ ਰੰਗ ਮੀਆਂ ਧਰਤੀ ਉੱਡ ਕੇ ਧੂੜ ਦੇ ਬਣੇ ਬੱਦਲ ਜਿਵੇਂ ਚੜੇ ਆਕਾਸ਼ ਪਉ ਤੰਗ ਮੀਆਂ ਸ਼ਾਮ ਮੁਹੰਮਦ ਆਸਰਾ ਦੀ ਲਾਏ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ